ਜਿਵੇਂ ਜਿਵੇਂ ਸਾਡੇ ਸਾਥੀ ਸਾਡੇ ਬਜ਼ੁਰਗ ਸਾਡੇ ਨੌਜਵਾਨ ਸ਼ਹੀਦ ਹੋ ਰਹੇ ਆ ਓਵੇਂ ਓਵੇਂ ਸਾਡਾ ਰੋਹ ਤਿੱਖਾ ਹੋ ਰਿਹਾ ਔਰ ਇਸ ਗੱਲ ਦੀ ਅਸੀਂ ਆਪਦੇ ਆਪ ਤੇ ਸਾਹਮਣੇ ਆ ਕਿ ਜ਼ਿੰਮੇਵਾਰੀ ਵੱਧ ਰਹੀ ਹੈ ਦਿਨੋਂ ਦਿਨ ਕਿ ਅਸੀਂ ਪਿੱਛੇ ਨਹੀਂ ਮੁੜ ਸਕਦੇ ਹੁਣ ਔਰ ਇਹਦੀ ਜ਼ਿੰਮੇਵਾਰੀ ਵੀ ਅਸੀਂ ਸਮਝਦੇ ਆ ਕਿ ਜਿਹੜੀਆਂ ਅਸੀਂ ਇਹ ਲਾਸ਼ਾਂ ਜਾ ਰਹੀਆਂ ਸਾਡੀਆਂ 2 ਤੋਂ 3 ਪੰਜਾਬ ਨੂੰ ਰੋਜ਼ ਇਹਦੀ ਜ਼ਿੰਮੇਵਾਰ ਵੀ ਮੋਦੀ ਸਰਕਾਰ ਆ ਸਰਕਾਰ ਨੂੰ ਹੈ ਪਰ ਸਾਹਮਣੇ ਕਿ ਜਿਵੇਂ ਜਿਵੇਂ ਗੱਲ ਗਾਣ ਉਤਰੀ ਜਾਂਦੀ ਹੈ ਦਿਨ ਵਧੀ ਜਾਂਦੇ ਆ ਉਵੇਂ-ਉਵੇਂ ਜਿਹੜੇ ਭਾਰਤ ਦੇ ਹੋਰ ਸੂਬੇ ਐ ਚਾਹੇ ਉਹ ਦੱਖਣ ਤੱਕ ਦੱਖਣ ਤੱਕ ਗੱਲ ਕਰ ਲੋ ਉਹ ਸਾਰਿਆਂ ਦੇ ਵਿੱਚ ਜਿਹੜਾ ਉਹ ਲੋਕਾਂ ਦਾ ਗੁੱਸਾ ਵਧੀ ਜਾਂਦਾ ਤੇ ਇਹਨਾਂ ਦਾ ਕਰਤਾਰ ਆ ਜਿਹੜਾ ਭਾਜਪਾ ਦਾ ਔਰ ਆਰਐਸਐਸ ਦਾ ਇਹ ਨੰਗਾ ਹੋਈ ਜਾਂਦਾ ਤੇ ਲੋਕ ਦਿਨੋਂ ਦਿਨ ਇਹਨਾਂ ਦੇ ਖਿਲਾਫ ਹੋਈ ਜਾਂਦੇ ਆ ਔਰ ਜਦੋਂ ਪ੍ਰਧਾਨ ਮੰਤਰੀ ਏਡੀ ਪਸ਼ਰਮੀ ਨਾ ਝੂਠ ਬੋਲ ਸਕਦਾ ਵੀ ਕਹਿੰਦਾ ਕਿ ਮੈਨੂੰ ਨਾ ਪੂਰੇ ਦੇਸ਼ ਦੇ ਵਿੱਚੋਂ ਅਸ਼ੀਰਵਾਦ ਮਿਲ ਰਿਹਾ ਕਿਸਾਨਾਂ ਦਾ ਤੇ ਮੈਨੂੰ ਉਹਦੇ ਵਿੱਚ ਬਸ ਇੰਨਾ ਕੀ ਲੱਗਿਆ ਕਿ ਸ਼ਾਇਦ ਇਹਨਾਂ ਦੀ ਭਾਸ਼ਾ ਦੇ ਵਿੱਚ ਲਹਣਤਾ ਨੂੰ ਅਸ਼ੀਰਵਾਦ ਕਹਿੰਦੇ ਹੋਣ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਡਟੇ ਹੋਏ ਨੇ ਔਰ ਕਿਸਾਨਾਂ ਨੇ ਆਪਣਾ ਜੋਸ਼ ਆ ਜਿਹੜਾ ਕਿਸਾਨਾਂ ਦਾ ਉਹ ਲਗਾਤਾਰ ਦੇਖਣ ਨੂੰ ਮਿਲ ਰਿਹਾ ਏ ਔਰ ਨੌਜਵਾਨਾਂ ਦਾ ਜੋਸ਼ ਵੀ ਦੇਖਣ ਨੂੰ ਮਿਲ ਰਿਹਾ ਏ ਡੱਫਲੀਆਂ ਹੁਣ ਝੰਡੇ ਹੁਣ ਇਹ ਅੰਦੋਲਨ ਦੀ ਨਿਸ਼ਾਨੀ ਹੁੰਦੇ ਨੇ ਔਰ ਅੱਜ ਇਹ ਕਿਸਾਨੀ ਅੰਦੋਲਨ ਆ ਜਿਹੜਾ ਉਹ ਬਿਲਕੁਲ ਸਿਖਰ ਤੇ ਆ ਔਰ ਸਾਡੇ ਨਾਲ ਕੁਝ ਨੌਜਵਾਨ ਆਗੂ ਨੌਜਵਾਨ ਮੌਜੂਦ ਨੇ ਜੋ ਕਿਸਾਨਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਲਵਪ੍ਰੀਤ ਸਿੰਘ ਫੇਰੋ ਕੇ ਮੇਰੇ ਨਾਲ ਮੌਜੂਦ ਨੇ ਉਹ ਕਿਸਾਨਾਂ ਦੀਆਂ ਮੀਟਿੰਗਾਂ ਦੇ ਵਿੱਚ ਲਗਾਤਾਰ ਜਿਹੜੀਆਂ ਸਰਕਾਰ ਦੇ ਨਾਲ ਹੁੰਦੀਆਂ ਨੇ ਮੀਟਿੰਗਾਂ ਉਹਨਾਂ ਮੀਟਿੰਗਾਂ ਦੇ ਵਿੱਚ ਵੀ ਸ਼ਾਮਲ ਹੁੰਦੇ ਨੇ ਤੇ ਉਹਨਾਂ ਦੀ ਬਹੁਤ ਅੱਛੀ ਪਕੜ ਆ ਪੰਜਾਬ ਦੀ ਰਾਜਨੀਤੀ ਹੋਵੇ ਦੇਸ਼ ਦੀ ਰਾਜਨੀਤੀ ਹੋਵੇ ਜਾਂ ਫਿਰ ਕਿਸਾਨੀ ਅੰਦੋਲਨ ਦੇ ਬਾਰੇ ਚੰਗੀ ਤਰ੍ਹਾਂ ਉਹਨਾਂ ਨੂੰ ਗੱਲਬਾਤ ਬਾਰੇ ਪਤਾ ਹੈ ਸੋ ਆਪਾਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਉਸ ਤੋਂ ਬਾਅਦ ਇਹਨਾਂ ਗੱਲਾਂ ਦੇ ਬਾਰੇ ਵਿਚਾਰ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਜੀ ਲਾਪ੍ਰੀਜੀ ਅੰਦੋਲਨ ਨੂੰ ਮਹੀਨੇ ਤੋਂ ਉੱਪਰ ਹੋ ਗਿਆ ਏ ਔਰ ਇਸ ਮਹੀਨੇ ਦੇ ਵਿੱਚ ਬਹੁਤ ਕੁਝ ਤੁਸੀਂ ਇੱਥੋਂ ਦੇਖਿਆ ਕੀ ਕੁਝ ਅਬਜ਼ਰਵ ਕੀਤਾ ਹੁੰਦਾ ਜੀ ਅੰਦੋਲਨ ਦੇ ਵਿੱਚ ਜਿਵੇਂ ਕਿ ਸਾਡੇ ਸ਼ੁਰੂ ਤੋਂ ਹੀ ਇਸ ਗੱਲ ਲਈ ਸਮੂਚੀਆਂ ਜਥੇਬੰਦੀਆਂ ਦੀ ਇਹ ਤਿਆਰੀ ਸੀ ਇਸ ਗੱਲ ਲਈ ਲੋਕਾਂ 'ਚ ਸੀ ਇਹ ਗੱਲ ਸ਼ੁਰੂ ਤੋਂ ਹੀ ਰੱਖੀ ਸੀ ਕਿ ਇਹ ਲੜਾਈ ਲੰਮੀ ਹੈ ਤੇ ਇਸ ਲਈ ਤੁਸੀਂ ਦੇਖਿਆ ਹੋਣਾ ਕਿ ਸ਼ੁਰੂ ਤੋਂ ਹੀ ਜਦੋਂ ਲੋਕ ਇੱਥੇ ਆਏ ਸੀ ਜਦੋਂ ਕੋਈ ਮੀਡੀਆ ਉਹਨਾਂ ਨੂੰ ਪੁੱਛਦਾ ਸੀ ਕਿ ਦੱਸੋ ਹੁਣ ਕਿਵੇਂ ਆ ਗੱਲ ਕਿੱਧਰ ਨੂੰ ਜਾਊ ਤਾਂ ਉਹ ਕਹਿੰਦੇ ਸੀ ਕਿ ਅਸੀਂ ਆਪ ਦਾ ਰਾਸ਼ਨ 6 ਮਹੀਨਿਆਂ ਦਾ ਲੈ ਕੇ ਆਏ ਆ ਤਾਂ ਸਾਡੇ ਲੋਕ ਲੋਕਾਂ ਦੀ ਮਾਨਸਿਕਤਾ ਉਸ ਪੱਧਰ ਤੇ ਤਿਆਰ ਸੀ ਪਹਿਲਾਂ ਹੀ ਤੇ ਇਸ ਕਰਕੇ ਜੇ ਸਰਕਾਰ ਦੀ ਇਹ ਚਾਲ ਹੈ ਕਿ ਉਹ ਇਸ ਗੱਲ ਨੂੰ ਲਮਕਾ ਕੇ ਉਹਨਾਂ ਨੂੰ ਲੱਗਦਾ ਹੈ ਕਿ ਲੋਕਾਂ ਨੂੰ ਥਕਾ ਲੈਣਗੇ ਕਿ ਜਾਂ ਲੋਕ ਘਟਣ ਲੱਗ ਜਾਣਗੇ ਤਾਂ ਉਹ ਇਹਨਾਂ ਦੇ ਵਹਿਮ ਅਸੀਂ ਦਿਨੋ-ਦਿਨ ਲਗਾਤਾਰ ਤੋੜਦੇ ਜਾਂਦੇ ਆ ਕਿਉਂਕਿ ਜਿਵੇਂ-ਜਿਵੇਂ ਦਿਨ ਬੀਤਦੇ ਆ ਬੇਸ਼ੱਕ ਠੰਡ ਵੀ ਵਧੀ ਮੀਂਹ ਵੀ ਆਇਆ ਪਰ ਓਵੇਂ-ਓਵੇਂ ਲੋਕਾਂ ਦੀ ਗਿਣਤੀ ਲੋਕਾਂ ਦਾ ਜੋਸ਼ ਔਰ ਲੋਕਾਂ ਦਾ ਜ਼ਾਬਤਾ ਉਹ ਸਾਰੇ ਦਾ ਸਾਰਾ ਵਧੀ ਜਾਂਦਾ ਵਧੀ ਜਾਂਦਾ ਵਧੀ ਜਾਂਦਾ ਔਰ ਕਿਸੇ ਕਿਸਮ ਦੀ ਇਹਦੇ ਵਿੱਚ ਖੜੋਤ ਨਹੀਂ ਆ ਰਹੀ ਕਿਸੇ ਕਿਸਮ ਦੀ ਘਾਟ ਨਹੀਂ ਆ ਰਹੀ ਚਾਹੇ ਪ੍ਰਬੰਧਾਂ ਦਾ ਸਵਾਲ ਹੋਵੇ ਚਾਹੇ ਅਨੁਸ਼ਾਸਨ ਦਾ ਸਵਾਲ ਹੋਵੇ ਚਾਹੇ ਨੌਜਵਾਨ ਹੋਣ ਚਾਹੇ ਬਜ਼ੁਰਗ ਹੋਣ ਚਾਹੇ ਔਰਤਾਂ ਹੋਣ ਚਾਹੇ ਬੱਚੇ ਹੋਣ ਉਹ ਪੂਰੀ ਤਰ੍ਹਾਂ ਇਸ ਗੱਲ ਤੇ ਡਰੇੜਾ ਕਿ ਅਸੀਂ ਤਿੰਨੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ ਔਰ ਜਿਹੜਾ ਐਮਐਸਪੀ ਤੇ ਸਰਕਾਰੀ ਖਰੀਦ ਦੀ ਗਾਰੰਟੀ ਹੈ ਉਹ ਲੈ ਤੋਂ ਬਿਨਾ ਉਦੋਂ ਘਟ ਤੇ ਵਿੱਚ ਵਿਚਾਲੇ ਦਾ ਕੋਈ ਰਾਹ ਨਹੀਂ ਹੋ ਸਕਦਾ ਹਾਂ ਔਰ ਲਗਾਤਾਰ ਕਿਸਾਨਾਂ ਦੀਆਂ ਮੀਟਿੰਗਾਂ ਸਰਕਾਰ ਦੇ ਨਾਲ ਹੋ ਰਹੀਆਂ ਨੇ ਨਿਤ ਦਿਨ ਇਥੋਂ 2-2 ਲਾਸ਼ਾਂ ਜਾਂਦੀਆਂ ਨੇ ਨਿਰਨੇ ਕਾਲ ਜੇ ਕਈ ਵਾਰ ਲਾਸ਼ਾਂ ਚੱਕਣੀਆਂ ਪੈਂਦੀਆਂ ਨੇ ਇਹ ਸਾਰਾ ਕੁਝ ਦੇਖ ਕੇ ਕਿਦਾਂ ਦਾ ਮਹਿਸੂਸ ਹੁੰਦਾ ਦੁੱਖ ਵੀ ਮਹਿਸੂਸ ਹੁੰਦਾ ਹੈ ਪਰ ਜੋਸ਼ ਜਿਉਂਦਾ ਤਿਉ ਬਣਿਆ ਹੋਇਆ ਲੋਕਾਂ ਦਾ ਜੀ ਬਿਲਕੁਲ ਉਹ ਸੀ ਦਾ ਦੁੱਖ ਵੀ ਹੁੰਦਾ ਹੈ ਕਿ ਸਾਡੇ 55 ਤੋਂ ਵੱਧ ਜਿਹੜੇ ਆ ਕਿਸਾਨ ਬੀਬੀਆਂ ਵੀ ਉਹਦੇ ਜਿਹੜਾ ਬੱਚਾ ਨੌਜਵਾਨ ਵੀ ਉਹਦੇ ਵਿੱਚ ਸ਼ਾਮਲ ਹੈ ਬਜ਼ੁਰਗ ਵੀ ਹੈ ਉਹ ਸ਼ਹੀਦ ਹੋ ਰਹੇ ਐ ਇੱਥੇ ਲਗਾਤਾਰ ਪਰ ਫਿਰ ਅਸੀਂ ਆਪਣੇ ਇਤਿਹਾਸ ਨੂੰ ਯਾਦ ਕਰਦੇ ਹਾਂ ਕਿ ਸਾਡਾ ਇਤਿਹਾਸ ਜਿਹੜਾ ਉੱਤਤੀਆਂ ਤਵੀਆਂ ਤੋਂ ਠੰਡੇ ਬੁਰਜਾਂ ਤੱਕ ਦਾ ਇਤਿਹਾਸ ਰਿਹਾ ਸਾਡਾ ਗਦਰੀ ਬਾਬਿਆਂ ਦਾ ਭਗਤ ਸਰਾਭਿਆਂ ਦਾ ਸਾਡਾ ਇਤਿਹਾਸ ਰਿਹਾ ਤੇ ਉਹਦੇ ਵਿੱਚ ਸਾਡੀਆਂ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਹਾਦਤਾਂ ਵੀ ਹੋਈਆਂ ਸੀ ਤੇ ਪਰ ਉਸ ਦੇ ਬਾਵਜੂਦ ਵੀ ਜਿਹੜਾ ਸਾਡੇ ਸਪਾਹੀਆਂ ਦਾ ਜੁਝਾਰੂਆਂ ਦਾ ਜੋਸ਼ ਸੀ ਉਹਦੇ ਵਿੱਚ ਕਮੀ ਨਹੀਂ ਆਉਂਦੀ ਸੀ ਔਰ ਜਿਹੜਾ ਸਾਡਾ ਜਿਵੇਂ ਜਿਵੇਂ ਸਾਡੇ ਸਾਥੀ ਸਾਡੇ ਬਜ਼ੁਰਗ ਸਾਡੇ ਨੌਜਵਾਨ ਸ਼ਹੀਦ ਹੋ ਰਹੇ ਆ ਓਵੇਂ ਓਵੇਂ ਸਾਡਾ ਰੋਹ ਤਿੱਖਾ ਹੋ ਰਿਹਾ ਔਰ ਇਸ ਗੱਲ ਦੀ ਅਸੀਂ ਆਪਦੇ ਆਪ ਤੇ ਸਮਝਦੇ ਆ ਕਿ ਜ਼ਿੰਮੇਵਾਰੀ ਵੱਧ ਰਹੀ ਹੈ ਦਿਨੋਂ ਦਿਨ ਕਿ ਅਸੀਂ ਪਿੱਛੇ ਨਹੀਂ ਮੁੜ ਸਕਦੇ ਹੁਣ ਔਰ ਇਹਦੀ ਜ਼ਿੰਮੇਵਾਰੀ ਵੇਸੀਂ ਸਮਝਦੇ ਆ ਕਿ ਜਿਹੜੀਆਂ ਅਸੀਂ ਇਹ ਲਾਸ਼ਾਂ ਜਾ ਰਹੀਆਂ ਸਾਡੀਆਂ 2 ਤੋਂ 3 ਪੰਜਾਬ ਨੂੰ ਰੋਜ਼ ਇਹਦੀ ਜ਼ਿੰਮੇਵਾਰ ਵੀ ਮੋਦੀ ਸਰਕਾਰ ਆ ਔਰ ਅਸੀਂ ਸਮਝਦੇ ਆ ਕਿ ਕਤਲ ਕ ਕੀਤੇ ਜਾ ਰਹੇ ਆ ਮੋਦੀ ਮੋਦੀ ਸਰਕਾਰ ਦੇ ਵੱਲੋਂ ਔਰ ਇਹਦਾ ਬਹਾਨਾ ਚਾਹੇ ਜੋ ਵੀ ਬਣ ਰਿਹਾ ਹੋਵੇ ਪਰ ਇੱਥੇ ਲੋਕ ਦੁਖੀ ਹੋ ਕੇ ਬੈਠੇ ਔਰ ਬਹੁਤ ਸ਼ਰਮ ਦੀ ਗੱਲ ਆ ਕਿ ਭਾਜਪਾ ਦੇ ਆਗੂ ਕਹਿ ਰਿਹਾ ਕਿ ਇੱਥੇ ਪਿਕਨਿਕ ਮਨਾਉਣ ਲਈ ਲੋਕ ਆਏ ਹੋਏ ਆ ਮੈਂ ਕਹਿੰਦਾ ਡੁੱਬ ਕੇ ਮਰ ਜਾਣਾ ਚਾਹੀਦਾ ਇਹੋ ਜੇ ਲੋਕਾਂ ਨੂੰ ਕਿ ਉਹ ਪਿਕਨਿਕ ਉਹ ਇਸ ਤਰ੍ਹਾਂ ਪਿਕਨਿਕ ਮਨਾਈ ਜਾਂਦੀ ਹੁੰਦੀ ਹੈ ਇੱਥੇ ਸਾਡੇ ਤੁਸੀਂ ਦੇਖੋ ਕਿ ਬਜ਼ੁਰਗਾਂ ਕਿੰਨਿਆਂ ਦੀ ਸਿਹਤ ਸਿਹਤ ਉਹਨਾਂ ਦੀ ਖਰਾਬ ਹੋਈ ਪਿਛੇ ਵੀਡੀਓ ਕੁਮੀ ਕਿ ਇੱਕ ਬਜ਼ੁਰਗ ਬੇਹੋਸ਼ ਹੋ ਕੇ ਡੈਗ 'ਤੇ ਉਤੋਂ ਮੀਂਹ ਆਲੇ ਦੇਣ ਔਰ ਕਿੰਨੀਆਂ ਸਾਡੇ ਟੈਂਟਾਂ ਦੇ ਵਿੱਚ ਪਾਣੀ ਵੜ ਗਿਆ ਔਰ ਸਾਡੇ ਬਹੁਤ ਸਾਰਾ ਰਾਸ਼ਨ ਉਹ ਭਿੱਜ ਕੇ ਖਰਾਬ ਹੋ ਗਿਆ ਔਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹ ਕਹਿੰਦੇ ਕਿ ਅਸੀਂ ਪਿਕਨਿਕ ਮਣਾਉਣਾ ਹੈ ਘਰਾਂ ਦੇ ਵਿੱਚ ਰਜਾਈਆਂ ਦੇ ਵਿੱਚ ਬੈਠ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਨੇ ਪਰ ਇੱਥੇ ਆਣ ਕੇ ਜੋ ਗਰਾਊਂਡ ਜ਼ੀਰੋ ਤੇ ਆਪਾਂ ਵੇਖਦੇ ਹਾਂ ਫਿਰ ਪਤਾ ਲੱਗਦਾ ਕਿ ਕੀ ਇੱਥੋਂ ਦੇ ਹਾਲਾਤ ਨੇ ਇੱਥੇ ਰਹਿਣਾ ਕਿੰਨਾ ਇੱਕ ਸਰਵਾਈਵ ਕਰਨਾ ਉੱਪਰ ਜੀ ਬਿਲਕੁਲ ਇਹ ਕੋਈ ਸ਼ੌਂਕ ਨੂੰ ਥੋੜੀ ਨਾ ਲੋਕ ਬੈਠੇ ਹੋਏ ਨੇ ਜੇ ਤੁਹਾਨੂੰ ਲੱਗਦਾ ਕਿ ਇਹ ਲੋਕ ਜਿੱਥੇ ਜੀ ਗੀਤ गा ਰਹੇ ਆ ਜਾਂ ਇਹ ਆ ਆ ਹੌਂਸਲੇ ਜੇ ਬੈਠਿਆ ਜੋਸ਼ 'ਚ ਬੈਠਿਆ ਤਾਂ ਭਾਈ ਇਹ ਸਾਡੀ ਵਿਰਾਸਤ ਹੈ ਕਿਉਂਕਿ ਅਸੀਂ ਇੱਥੇ ਹੱਕ ਮੰਗਣ ਦੇ ਲਈ ਆਂ ਔਰ ਅਸੀਂ ਹੱਕ ਹੱਕ ਦੇ ਨਾਲ ਮੰਗਦੇ ਹੁੰਨੇ ਆਂ ਅਸੀਂ ਅਸੀਂ ਤੁਸੀਂ ਉਹੀ ਚਾਹੁੰਦੇ ਹੋ ਕਿ ਵੀ ਕਿਸਾਨ ਜਿਹੜਾ ਹੈਗਾ ਉਹ ਤੁਹਾਨੂੰ ਵਿਚਾਰਾ ਜਿਹਾ ਬਣ ਕੇ ਤੇ ਇੱਥੇ ਰੋਂਦਾ ਰਹੇ ਤੇ ਤੁਸੀਂ ਤਾਂ ਉਹ ਸਮਝਦੇ ਹੋ ਕਿ ਉਸ ਤਰ੍ਹਾਂ ਹੀ ਫੇਰ ਹੀ ਸੰਘਰਸ਼ ਲੜੇ ਜਾਂਦੇ ਹੁੰਦੇ ਆ ਪਰ ਅਸੀਂ ਉਹਨਾਂ ਦੇ ਹਿਸਾਬ ਨਾਲ ਨਹੀਂ ਸੰਘਰਸ਼ ਲੜਾਂਗੇ ਸਾਡੇ ਸੰਘਰਸ਼ਾਂ ਦਾ ਇੱਕ ਜਿਹੜਾ ਸਾਡਾ ਇਤਿਹਾਸ ਰਿਹਾ ਸਾਡੀ ਵਿਰਾਸਤ ਰਹੀ ਹੈ ਕਿ ਅਸੀਂ ਇਹੀ ਸੰਘਰਸ਼ ਲੜਦੇ ਹੁੰਨੇ ਆਂ ਬੇਸ਼ੱਕ ਸਾਡੀਆਂ ਸ਼ਹਾਦਤਾਂ ਵੀ ਹੋ ਰਹੀਆਂ ਪਰ ਉਹਦੇ ਨਾਲ ਜਿਵੇਂ ਪਹਿਲਾਂ ਕਿਹਾ ਕਿ ਸਾਡਾ ਰੋਹ ਦੇ ਨਾਲ ਸਾਡਾ ਜੋਸ਼ ਉਹਦੇ ਨਾਲ ਵੱਧ ਰਿਹਾ ਹੈ ਸਾਡਾ ਅਨੁਸ਼ਾਸਨ ਵੱਧ ਰਿਹਾ ਹੈ ਅਸੀਂ ਕਿਸੇ ਦਾ ਇੱਥੇ ਨੁਕਸਾਨ ਨਹੀਂ ਕਰ ਰਹੇ ਇੱਥੇ ਤੁਸੀਂ ਦੇਖੋ ਲੋਕੋ ਲੋਕੋ ਲੋਕਾਂ ਦਾ ਕਿੰਨਾ ਸਹਿਯੋਗ ਹੈ ਉਹਦਾ ਬਕਾਇਦਾ ਲੰਗਰ ਵੀ ਬਲਕੇ ਇੱਥੋਂ ਛਕਦੇ ਨੇ ਤੇ ਇਸ ਲਈ ਕਿਸੇ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਹੈ ਸਮੱਸਿਆ ਜਿਹੜੀ ਹੈ ਉਹ ਸਰਕਾਰ ਨੂੰ ਹੈ ਪਰ ਅਸੀਂ ਸਮਝਦੇ ਹਾਂ ਕਿ ਜਿਵੇਂ ਜਿਵੇਂ ਗੱਲ ਗਾਂ ਨੂੰ ਉਤਰੀ ਜਾਂਦੀ ਹੈ ਦਿਨ ਵਧੀ ਜਾਂਦੇ ਆ ਓਵੇਂ ਓਵੇਂ ਜਿਹੜੇ ਭਾਰਤ ਦੇ ਹੋਰ ਸੂਬੇ ਆ ਚਾਹੇ ਦੱਖਣ ਤੱਕ ਦੱਖਣ ਤੱਕ ਗੱਲ ਕਰ ਲੋ ਉਹ ਸਾਰਿਆਂ ਦੇ ਵਿੱਚ ਜਿਹੜਾ ਲੋਕਾਂ ਦਾ ਗੁੱਸਾ ਵਧ ਹੀ ਜਾਂਦਾ ਤੇ ਇਹਨਾਂ ਦਾ ਕਰਦਾਰ ਆ ਜਿਹੜਾ ਭਾਜਪਾ ਦਾ ਔਰ ਆਰਐਸਐਸ ਦਾ ਇਹ ਨੰਗਾ ਹੋਈ ਜਾਂਦਾ ਤੇ ਲੋਕ ਦਿਨੋਂ ਦਿਨ ਇਹਨਾਂ ਦੇ ਖਿਲਾਫ ਹੋਈ ਜਾਂਦੇ ਆ ਜੀ ਅਮਨਦੀਪ گورਵੀ ਸਾਡੇ ਅਮਨਦੀਪ گورਖੀਵਾ ਸਾਡੇ ਨਾਲ ਨੇ ਉਹ ਵੀ ਇਸ ਪ੍ਰੋਗਰਾਮ ਦਾ ਹਿੱਸਾ ਨੇ ਯੂਥ ਫਾਰ ਸਵਰਾਜ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਜੀ ਜੀ ਅਮਨਦੀਪ ਜੀ ਮੈਂ ਪੁੱਛਣਾ ਚਾਹੂੰਗਾ ਨੌਜਵਾਨਾਂ ਔਰ ਔਰਤਾਂ ਦੀ ਸ਼ਮੂਲੀਅਤ ਆ ਜਿਹੜੀ ਇਸ ਅੰਦੋਲਨ ਦੇ ਵਿੱਚ ਇਹ ਵੀ ਜ਼ਿਕਰਯੋਗ ਹੈ ਇਹਦੇ ਬਾਰੇ ਕੀ ਕਹੋਗੇ ਜੀ ਬਿਲਕੁਲ ਪੰਜਾਬ ਦੇ ਵਿੱਚ ਪਹਿਲਾਂ ਵੀ ਅੰਦੋਲਨ ਲੜੇ ਜਾਂਦੇ ਰਹੇ ਪੰਜਾਬ ਸੰਘਰਸ਼ਾਂ ਦੀ ਧਰਤੀ ਹੈ ਪਰ ਇੱਕ ਜਿਹੜੀ ਵੱਖਰੀ ਗੱਲ ਦੇਖਣ ਨੂੰ ਮਿਲ ਰਹੀ ਹੈ ਉਹ ਇਹ ਕਿ ਉਹ ਔਰਤਾਂ ਜਿਹੜੀਆਂ ਕਿ ਆਰਗੇਨਾਈਜ਼ ਤਰੀਕੇ ਨਾਲ ਭਲਾਂ ਜਥੇਬੰਦੀਆਂ ਨਾਲ ਨਹੀਂ ਵੀ ਜੁੜੀਆਂ ਹੋਈਆਂ ਉਹ ਵੀ ਪਰਿਵਾਰਾਂ ਦੇ ਨਾਲ ਇੱਥੇ ਪਹੁੰਚ ਰਹੀਆਂ ਨੇ ਬਾਕੀ ਜਿਹੜੀਆਂ ਕਾਲਜਾਂ ਯੂਨੀਵਰਸਿਟੀਆਂ ਦੀਆਂ ਕੁੜੀਆਂ ਸੀ ਉਹ ਤੇ ਪਹਿਲਾਂ ਦੀਆਂ ਹੀ ਅੰਦੋਲਨ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਹੀ ਆਈਆਂ ਹੋਈਆਂ ਨੇ ਤਾਂ ਇਹ ਇੱਕ ਨਵੀਂ ਗੱਲ ਹੈ ਕਿ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਜਿਹੜੀ ਧਰਨੇ ਲਾਉਣਾ ਜਾਂ ਸੰਘਰਸ਼ ਕਰਨਾ ਇਹ ਸਿਰਫ ਧਰਨੇ ਲਾਉਣ ਵਾਲਿਆਂ ਦਾ ਹੀ ਕੰਮ ਨਹੀਂ ਹੁੰਦਾ ਜਿਹੜੇ ਲਗਾਤਾਰ ਜਥੇਬੰਦੀਆਂ ਦੇ ਵਿੱਚ ਕੰਮ ਕਰਦੇ ਆ ਇਹ ਸਾਡਾ ਸਾਰਿਆਂ ਦਾ ਰਾਹ ਹੈ ਕਿਉਂਕਿ ਲੜੇ ਬਿਨਾ ਸਾਨੂੰ ਕੁਝ ਵੀ ਨਹੀਂ ਮਿਲਣਾ ਤੇ ਔਰਤਾਂ ਦੀ ਸ਼ਮੂਲੀਅਤ ਜਿਹੜੀ ਉਹ ਸਲੌਣਯੋਗ ਰਹੀ ਹੈ ਔਰਤਾਂ ਲਗਾਤਾਰ ਪਰਿਵਾਰਾਂ ਦੇ ਨਾਲ ਜਾਂ ਆਪਣੇ ਪੱਧਰ ਤੇ ਇੱਥੇ ਆ ਰਹੀਆਂ ਤੇ ਦੂਜੀ ਗੱਲ ਕਿ ਇੱਥੇ ਪ੍ਰਬੰਧ ਵੀ ਇਹਨੇ ਵਧੀਆ ਸੁਖਾਵੇ ਦੇ ਆਧਾਰ ਤੇ ਪਲਾਉ ਲੰਗਰ ਦੇ ਵਿੱਚ ਹੋਵੇ ਪਲਾ ਪੈਣ ਦਾ ਹੋਵੇ ਉਹਨਾਂ ਨੂੰ ਜਿਹੜਾ ਇਹ ਪਹਿਲਾਂ ਪ੍ਰਬੰਧ ਕਰਕੇ ਦਿੱਤਾ ਜਾਂਦਾ ਹੈ ਸੁਰੱਖਿਆ ਦਾ ਮਾਹੌਲ ਹੈ ਇਸ ਲਈ ਜਿਹੜੀਆਂ ਔਰਤਾਂ ਹਜੇ ਤੱਕ ਨਹੀਂ ਵੀ ਆਈਆਂ ਜਾਂ ਜਿਹੜੀਆਂ ਕੁੜੀਆਂ ਨਹੀਂ ਵੀ ਆਈਆਂ ਮਾਪੇ ਜਿਹੜੇ ਇਹ ਸੋਚ ਕੇ ਬੈਠੇ ਨੇ ਕਿ ਉੱਥੇ ਪਤਾ ਨਹੀਂ ਕਿਹੋ ਜਿਹਾ ਮਾਹੌਲ ਹੋਊਗਾ ਉਲੜਬਾਜੀ ਹੋਊਗੀ ਤਾਂ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਇਤਿਹਾਸਿਕ ਅੰਦੋਲਨ ਦੇ ਵਿੱਚ ਆਪਣੀਆਂ ਔਰਤਾਂ ਨੂੰ ਧੀਆ ਪੈਣਾ ਨੂੰ ਬਿਲਕੁਲ ਨਿੱਡਰ ਹੋ ਕੇ ਨਿਰਸੰਕੋਚ ਹੋ ਕੇ ਇੱਥੇ ਭੇਜ ਸਕਦੇ ਹੋ ਕਿਉਂਕਿ ਇਹ ਸਾਡਾ ਅੰਦੋਲਨ ਆਪਣੀ ਵੱਖਰਤਾ ਕਰਕੇ ਆਪਣੇ ਇੱਕ ਨਵੇਕਲੇਪਣ ਕਰਕੇ ਸਾਡੇ ਲਈ ਜ਼ਰੂਰੀ ਵੀ ਹੈ ਤੇ ਇੱਕ ਇਤਿਹਾਸਕ ਅੰਦੋਲਨ ਹੈ ਤੇ ਸਾਡੀ ਸਾਰਿਆਂ ਦੀ ਸ਼ਮੂਲੀਅਤ ਤੋਂ ਬਿਨਾਂ ਇਹ ਸਫਲ ਵੀ ਨਹੀਂ ਹੋਣ ਵਾਲਾ ਹੈ ਜੀ ਆਪਾਂ ਗੀਤ ਸੰਗੀਤ ਵੀ ਤੁਹਾਡੇ ਤੋਂ ਸੁਣਨਾ ਹੈ ਪਰ ਇੱਕ ਹੋਰ ਸਵਾਲ ਘਰ ਤੋਂ ਆਉਣਾ ਘਰਦਿਆਂ ਨੂੰ ਮਨਾਉਣਾ ਕਿਉਂਕਿ ਆਪਣੇ ਇਹੋ ਜਿਹੇ ਇਲਾਕੇ ਪੰਜਾਬ ਦੇ ਜਿੱਥੇ ਬਹੁਤੀਆਂ ਔਰਤਾਂ ਨੂੰ ਬਾਹਰ ਜਾਣ ਦੀ ਖੁੱਲ ਵੀ ਨਹੀਂ ਹੁੰਦੀ ਲੇਡੀਜ਼ ਨੂੰ ਘਰਦਿਆਂ ਕੁੜੀਆਂ ਨੂੰ ਤੇ ਘਰ ਤੋਂ ਆਉਣਾ ਕਿੰਨਾ ਕੁ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਇਸ ਚੀਜ਼ ਦਾ ਜੀ ਬਿਲਕੁਲ ਔਰਤਾਂ ਲਈ ਲਈ ਇਹ ਇੱਕ ਮੇਨ ਸਮੱਸਿਆ ਰਹਿੰਦੀ ਹੈ ਅੱਜ ਤੱਕ ਮੇਰੀਆਂ ਵੀ ਕਲਾਸਮੇਟਸ ਜਿਹੜੀਆਂ ਹੈਗੀਆਂ ਨੇ ਜਮਾਤਨਾ ਨੇ ਜਾਂ ਹੋਰ ਜਾਣਕਾਰ ਕੁੜੀਆਂ ਨੇ ਉਹਨਾਂ ਦੇ ਵਿੱਚੋਂ 50% ਦੀ ਤਾਂ ਇਹ ਹੀ ਸਮੱਸਿਆ ਕਿ ਘਰ ਦੇ ਨਹੀਂ ਆਉਣ ਦੇ ਰਹੇ ਤਾਂ ਮੈਨੂੰ ਲੱਗਦਾ ਹੈ ਕਿ ਹੁਣ ਪੰਜਾਬ ਦੇ ਕਿਸੇ ਵੀ ਜੀ ਨੂੰ ਇਸ ਗੱਲ ਦਾ ਤਾਂ ਸ਼ੱਕ ਨਹੀਂ ਰਿਹਾ ਹੋਣਾ ਕਿ ਸਾਡੇ ਲਈ ਅੰਦੋਲਨ ਕਿਉਂ ਜ਼ਰੂਰੀ ਹੈ ਤੇ ਦੂਜੀ ਗੱਲ ਜਿਹੜਾ ਖੇਤੀ ਵਾਲਾ ਕੀਤਾ ਹੁੰਦਾ ਹੈ ਉਹ ਚੱਲਦਾ ਸਾਰਿਆਂ ਦੇ ਸਹਿਯੋਗ ਨਾਲ ਹੈ ਜਿਕਰ ਇਹ ਲੂ ਪੱਦਰ ਤੇ ਵੇਖੀਏ ਜੇ ਔਰਤਾਂ ਘਰ ਦੇ ਵਿੱਚ ਰੋਟੀ ਪਕਾਉਂਦੀਆਂ ਨੇ ਤੁਹਾਡੇ ਵਿੱਚ ਤਾਕਤ ਆਉਂਦੀ ਹੈ ਉਸ ਰੋਟੀ ਦੇ ਨਾਲ ਤਾਂ ਖੇਤੀ ਕਰ ਪਾਉਨੇ ਹੋ ਵੈਸੇ ਵੀ ਖੇਤੀ ਇੱਕ ਸਮੂਹਿਕ ਕੀਤਾ ਹੀ ਰਿਹਾ ਏ ਤਾਂ ਫੇਰ ਸਾਨੂੰ ਇਹ ਕਿਸੇ ਸ਼ੱਕ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਸਿਰਫ ਪੁਰਸ਼ਾਂ ਦੀ ਲੜਾਈ ਹੈ ਤਾਂ ਸਾਨੂੰ ਇਹ ਵਹਿਮ ਕੱਢ ਦੇਣੇ ਚਾਹੀਦੇ ਆ ਕਿਉਂਕਿ ਔਰਤਾਂ ਦੀ ਸ਼ਮੂਲੀਅਤ ਬਾਰੇ ਤੁਹਾਨੂੰ ਕੋਈ ਭੁਲੇਖਾ ਨਹੀਂ ਹੈਗਾ ਕਿ ਘਰਾਂ ਦੇ ਵਿੱਚ ਜੋ ਸਹਿਯੋਗ ਦਿੰਦੀਆਂ ਤਾਂ ਹੁਣ ਇੱਥੇ ਵੀ ਆਉਣਾਂ ਹੀ ਉਹਨਾਂ ਦਾ ਇੱਕ ਸਾਡੀ ਪੱਕੀ ਲੋੜ ਬਣ ਚੁੱਕੀ ਹੈ ਹਰ ਵਰਗ ਦੀ ਲੋੜ ਬਣ ਚੁੱਕੀ ਹੈ ਜੇਕਰ ਸਮਾਜ ਦਾ ਹਰ ਵਰਗ ਪਹੁੰਚ ਰਿਹਾ ਤਾਂ ਔਰਤਾਂ ਨੂੰ ਵੀ ਇੱਥੇ ਆਉਣ ਦੇਣਾ ਚਾਹੀਦਾ ਇਹੋ ਜਿਹਾ ਵਹਿਮ ਮੈਨੂੰ ਲੱਗਦਾ ਕੱਢ ਕੇ ਤੇ ਸਾਰਿਆਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਲਾ ਪਰੀਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਤੋਂ ਕੀ ਉਮੀਦਾਂ ਨੇ ਕਿਉਂਕਿ ਸਰਕਾਰ ਇੱਕ ਤਰ੍ਹਾਂ ਨਾਲ ਅੜੀ ਵੀ ਹੋਈ ਹੈ ਪਰ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਸਰਕਾਰ ਕਿਸੇ ਫੈਸਲੇ ਤੇ ਆਉਣ ਨੂੰ ਵੀ ਤਿਆਰ ਆ ਕਿਉਂਕਿ ਹਿੱਲੀ ਪਈ ਹੈ ਇੱਕ ਵਾਰ ਸਰਕਾਰ ਜੀ ਸਰਕਾਰ ਨੂੰ ਅਸੀਂ ਸਾਡੇ ਜਿਹੜੀ ਲਗਾਤਾਰ ਜਥੇਬੰਦੀਆਂ ਦੀ ਰਣਨੀਤੀ ਹੈ ਉਹਦੇ ਵਿੱਚ ਅਸੀਂ ਬਹੁਤ ਸਪਸ਼ਟ ਕਰ ਹੀ ਚੁੱਕੇ ਹਾਂ ਵੀ ਆਪਣਾ ਜਿਵੇਂ ਕਿ ਕੱਲ ਦਾ ਇੱਕ ਐਕਸ਼ਨ ਦਿੱਤਾ ਹੋਇਆ ਰਿਹਾ ਸਲਪਰੇਡ ਦਾ ਟਰੈਕਟਰ ਪਰੇਡ ਦਾ ਔਰ ਉਸ ਤੋਂ ਬਾਅਦ 26 ਤਰੀਕ ਦਾ ਸਾਡਾ ਜਿਹੜਾ ਮੁੱਖ ਐਕਸ਼ਨ ਸਮੂਹ ਜਥੇਬੰਦੀਆਂ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਗਿਆ ਕਿ 26 ਤਰੀਕ ਨੂੰ ਜਿੱਥੇ ਗਣਤੰਤਰ ਦਿਵਸ ਤੇ ਇੱਕ ਸਰਕਾਰ ਦੀ ਪਰੇਡ ਹੋਊਗੀ ਉਹਦੇ ਮੁਕਾਬਲੇ ਤੇ ਕਿਸਾਨਾਂ ਦੀ ਟਰੈਕਟਰ ਪਰੇਡ ਹੋਊਗੀ ਔਰ ਅਸੀਂ ਸਮਝਦੇ ਹਾਂ ਕਿ ਇਸ ਅੰਦੋਲਨ ਦਾ ਬਹੁਤ ਵੱਡਾ ਔਰ ਮੁੱਖ ਐਕਸ਼ਨ ਹੋਵੇਗਾ ਔਰ ਉਮੀਦ ਤਾਂ ਸਹੀ ਹੀ ਕਰਦੇ ਹਾਂ ਹਾਲਾਂਕਿ ਸਰਕਾਰ ਬਹੁਤ ਹੁਣ ਤੱਕ ਜਿਹੜਾ ਉਹਨੇ ਰਪਈਆ ਅਪਣਾਇਆ ਤਾਂ ਉਹ ਉਹਦੇ ਤੋਂ ਲੱਗਦਾ ਕਿ ਬਹੁਤ ਬੇਸ਼ਰਮ ਲੋਕ ਆ ਔਰ ਜਦੋਂ ਪ੍ਰਧਾਨ ਮੰਤਰੀ ਐਡੀ ਬੇਸ਼ਰਮੀ ਨਾਲ ਝੂਠ ਬੋਲ ਸਕਦਾ ਵੀ ਕਹਿੰਦਾ ਕਿ ਮੈਨੂੰ ਨਾ ਪੂਰੇ ਦੇਸ਼ ਦੇ ਵਿੱਚੋਂ ਆਸ਼ੀਰਵਾਦ ਮਿਲ ਰਿਹਾ ਕਿਸਾਨਾਂ ਦਾ ਤੇ ਮੈਨੂੰ ਉਹਦੇ ਵਿੱਚ ਬਸ ਇੰਨਾ ਕੀ ਲੱਗਿਆ ਕਿ ਸ਼ਾਇਦ ਇਹਨਾਂ ਦੀ ਭਾਸ਼ਾ ਦੇ ਵਿੱਚ ਲਹਣਤਾ ਨੂੰ ਆਸ਼ੀਰਵਾਦ ਕਹਿੰਦੇ ਹੋਣ ਕਿਉਂਕਿ ਜਿੰਨੀਆਂ ਲਹਣਤਾ ਮੋਦੀ ਨੂੰ ਇਸ ਕਾਨੂੰਨ ਤੇ ਪਈਆਂ ਉਦੋਂ ਪਹਿਲਾਂ ਇਹਨੂੰ ਕਿਸੇ ਪਾਸੇ ਹੋਰ ਪਈਆਂ ਨਹੀਂ ਹੋਣੀਆਂ ਔਰ ਦਿਨ ਰਾਤ ਲੋਕੀ ਪੰਜਾਬ ਭਾਰਤ ਦੇ ਵਿੱਚ ਜਿੰਨੀਆਂ ਭਾਸ਼ਾ ਬੋਲੀਆਂ ਆ ਜਾਂਦੀਆਂ ਹਰ ਭਾਸ਼ਾ ਦੇ ਵਿੱਚ ਇਹਨੂੰ ਲ ਔਰ ਇਫੇਜੇ ਵੀ ਜੇ ਕਹਿ ਰਿਹਾ ਕਿ ਮੈਨੂੰ ਆਸ਼ੀਰਵਾਦ ਮਿਲ ਰਿਹਾ ਲੋਕਾਂ ਦਾ ਤਾਂ ਮੈਂ ਸਮਝਦਾ ਕਿ ਇਹਨੂੰ ਮੋਦੀ ਨੂੰ ਆਪਦੇ ਦਿਮਾਗ ਦਾ ਟੈਸਟ ਕਰਾ ਲੈਣਾ ਚਾਹੀਦਾ ਕਿ ਉਹ ਠੀਕ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਤੇ ਜਿਹੜੀ ਐਕਸ਼ਨ ਦੀ ਗੱਲ ਆ ਉਮੀਦ-ਮੂਦ ਸਾਨੂੰ ਹੁਣ ਉਸ ਤਰ੍ਹਾਂ ਦੀ ਨਹੀਂ ਹੈ ਅਸੀਂ ਸਮਝਦੇ ਹਾਂ ਕਿ ਜਿੰਨੀ ਸਾਡੀ ਤਾਕਤ ਹੋਊਗੀ ਜਥੇਬੰਦੀਆਂ ਦੀ ਸਾਂਝੀ ਤਾਕਤ ਹੋਊਗੀ ਅਸੀਂ ਜਿਹੜਾ ਕੁਝ ਵੀ ਹੁਣ ਲੋਕ ਕਰਾਉਣਗੇ ਉਹ ਆਪਦੇ ਜ਼ੋਰ ਤੇ ਕਰਾਉਣਗੇ ਉਹ ਚਾਹੇ 26 ਤਰੀਕ ਦਾ ਸੰਘਰਸ਼ ਹੋਵੇ ਜਾਂ ਹੋਰ ਵੀ ਜਿਹੜਾ ਸੰਘਰਸ਼ ਲੀਕਣਾ ਪਊਗਾ ਬਹੁਤ ਅਨੁਸ਼ਾਸਨ ਦੇ ਵਿੱਚ ਔਰ ਜਾਬਤੇ ਦੇ ਵਿੱਚ ਰਹਿ ਕੇ ਸ਼ਾਂਤੀਪੂਰਨ ਢੰਗ ਦੇ ਨਾਲ ਕਿਉਂਕਿ ਅਸੀਂ ਲੋਕਾਂ ਦਾ ਨੁਕਸਾਨ ਨਹੀਂ ਕਰਨਾ ਹੈ ਸਾਡੀ ਲੜਾਈ ਹਕੂਮਤ ਦੇ ਨਾਲ ਆ ਔਰ ਸਿੱਧੀ ਜਿਹੜਾ ਅਸੀਂ ਸਾਡੇ ਸਵਾਲ ਵੀ ਹੋਣਗੇ ਸਾਡੇ ਐਕਸ਼ਨ ਵੀ ਹੋਣਗੇ ਉਹ ਮੋਦੀ ਹਕੂਮਤ ਵੱਲ ਨੂੰ ਸਿੱਧਿਤ ਹੋਣਗੇ ਔਰ ਅਸੀਂ ਸਮਝਦੇ ਹਾਂ ਕਿ ਜਿਹੜਾ ਕੁਝ ਵੀ ਹੁਣ ਮੋਦੀ ਸਰਕਾਰ ਨੂੰ ਇਹ ਕਾਨੂੰਨ ਤਾਂ ਰੱਦ ਕਰਨੇ ਹੀ ਪੈਣਗੇ ਅੱਜ ਕਰ ਲੈ ਕੱਲ ਕਰ ਲੈ ਜੇ ਹੁਣੇ ਕਰ ਲੂਗੀ ਤਾਂ ਵੇਖ ਲਓ ਜਿੰਨੀ ਕੁ ਬਦਨਾਮੀ ਹੋਈ ਇੰਨੀ ਹੋਊਗੀ ਜੇ ਹੋਰ ਜਿੰਨਾ ਲੇਟ ਕਰੀ ਜਾਓ ਉਨੀ ਬਦਨਾਮੀ ਵੀ ਵਧਦੀ ਜਾਣੀ ਹੈ ਤੇ ਕਾਨੂੰਨ ਤਾਂ ਰੱਦ ਕਰਨੇ ਹੀ ਪੈਣੇ ਆ ਅੱਜ ਕਰੇ ਚਾਹੇ ਕੱਲ ਕਰੇ